अज तुहानू पंजाब दा मेला नहीं दिखाउणा, ये मेला दिखाउणा तुहानू आदिवासियां दा। किसी भी बंदे दी, किसी भी समाज दी, किसी समुदाय दी जिंदगी देखनी होवे ना, तां उहदे सभ्याचार चों देखी जा सकदी हुंदी है कि वह किवें जिउंदे आ, उहनां दा जिंदगी जिउण दा तरीका की आ, उहनां दीआं कदरां कीमतां की आ। आजो तुहानू इस मेले चों बड़ा कुछ देखण नूं, सिखण नूं, सुणन नूं ते समझण नूं मिल जाणा। आजो करदे आ गल्लां बातां। ਅਸ੍ਰੀਕਾਲ ਜੀ, ਅੱਜ ਨਾ ਤੁਹਾਡੇ ਲਈ ਕਹਿ ਲਓ ਕਿ ਇੱਕ ਹੋਰ ਕਬੀਲਾ, ਇੱਕ ਆਦਿਵਾਸੀ ਹੁੰਦੇ ਆ ਨਾ, ਉਹਨਾਂ ਦਾ ਤਿਉਹਾਰ ਦਿਖਾਉਣਾ। ਉਹ ਤਿਉਹਾਰ ਨੂੰ ਕਿਵੇਂ ਇੰਜੋਏ ਕਰਦੇ ਆ? ਇਸ ਵਕਤ ਫਰਵਰੀ ਦਾ ਮਹੀਨਾ ਵਾ, ਗਰਮੀ ਵੀ ਪਈ ਹੋਈ ਆ। ਰਾਜਸਥਾਨ ਦੇ ਵਿੱਚ ਆ ਮੈਂ, ਇੱਥੇ ਆਪਦੇ ਲਈ ਨਾ ਖਾਣ ਲਈ ਇੱਕ ਪਦਾਰਥ ਬਣਾ ਰਹੇ ਆ। ਸਵਾਹ ਦੇ ਵਿੱਚ ਪੇੜੇ ਰੱਖ ਕੇ ਹੈ ਨਾ, ਇਹਨੂੰ ਗੁੰਨਿਆ, ਆਟੇ ਨੂੰ ਗੁੰਨਿਆ ਗਿਆ, ਉਹਦੇ ਵਿੱਚ ਲੂਣ ਪਾਇਆ ਗਿਆ, ਫਿਰ ਇਹਨਾਂ ਅੱਗ ਦੇ ਵਿੱਚ ਇੱਦਾਂ ਚੜਤਾ ਇਹਨਾਂ ਨੇ, ਨੱਪਦਾ ਪਾਥੀਆਂ ਦੇ ਵਿੱਚ, ਅਤੇ ਪਾਥੀਆਂ ਦੇ ਵਿੱਚ ਜਦੋਂ ਨੱਪਤਾ ਉਸ ਤੋਂ ਬਾਅਦ ਗਰਮ ਹੋ ਗਿਆ ਨਾ, ਬਾਹਰੋਂ ਪੱਕ ਕੇ ਬਾਅਦ ਉਦੋਂ ਬਾਅਦ ਨਾ ਘਿਓ ਦੇ ਵਿੱਚ ਉਹ ਡੁਬੋਈ ਜਾਂਦੇ ਆ, ਤੇ ਸਾਰੇ ਰਲ ਕੇ ਇਹਨਾਂ ਦੇ ਆਦਿਵਾਸੀ ਕਬੀਲੇ ਨੇ ਖਾਣੇ ਆ। ਮੈਂ ਕਹੂੰਗਾ ਕੈਮਰਾ ਮੈਨੂੰ ਆਵੇ ਮਗਰ ਇਸੇ ਕਿਆ ਹੋਤਾ ਹੈ, ਇਸੇ ਸਵਾਹ ਨਿਕਲਤੀ ਉਸਮੇ ਸੇ ਜੋ ਸਵਾਹ ਹੋਤੀ ਹੈ। ਹਾਂ, ਮਤਲਬ ਸਵਾਹ ਦਾ ਕੰਮ ਝਾੜ ਝੂੜ ਕੇ ਹੈ ਨਾ, ਇੱਦਾਂ ਕਰਕੇ ਆ। ਦੇਸੀ ਦੇਸੀ ਘੀ ਡੋਲਤਾ ਇਸਮੇ, ਰਾਜਸਥਾਨੀ ਮੈਂ ਇਸਨੂੰ ਟਰਾਂਸਲੇਟ ਕਰ ਦੱਸ ਰਿਹਾ। ਦੇਸੀ ਘਿਓ ਕਿਤਨਾ ਟਾਈਮ ਡਬੋਨਾ ਇਸਮੇ, ਕਿਤਨਾ ਟਾਈਮ ਡਬੋ ਕੇ ਰੱਖਦੇ ਆ? ਮਤਲਬ ਡਬੋ ਕੇ ਦੇਸੀ ਘਿਓ ਦੇ ਵਿੱਚ ਇੱਦਾਂ ਬਣਾਉਂਦੇ ਆ। ਦੇਖੋ ਪੈਕਿੰਗ ਚੱਲ ਰਹੀ ਆ ਇਹਨਾਂ ਦੇ ਕਬੀਲੇ ਦੇ ਲਈ, ਜਿਵੇਂ ਆਦਿਵਾਸੀ ਹੁੰਦੇ ਆ ਜੰਗਲਾਂ ਦੇ ਵਿੱਚ। ਇੱਥੇ ਨਦੀ ਆ, ਇਹ ਪਾਰਵਤੀ ਨਦੀ ਆ, ਉਹਦੇ ਵਿੱਚ ਮਨਾ ਰਹੇ ਆ। ਇਸ ਵਕਤ ਨਦੀ ਸੁੱਕੀ ਹੋਈ ਆ, ਤੇ ਇਹਨਾਂ ਦੇ ਕਹਿੰਦੇ ਵੀ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ। ਮੈਂ ਤੁਹਾਨੂੰ ਦਿਖਾਉਣਾ ਸੀ ਵੀ ਇੱਕ ਵੱਖਰੇ ਕਬੀਲੇ ਦੇ ਕਿਵੇਂ ਰਸਮੋ ਰਿਵਾਜ ਕੀਤੇ ਜਾਂਦੇ ਆ। ਠੀਕ, ਕਿਤਨੇ ਦਿਨ ਚੱਲਦਾ ਹੈ ਜੇ ਤਿਉਹਾਰ? ਹਾਂਜੀ, ਇੱਕ ਮਹੀਨੇ ਤੱਕ ਚਲੇਗਾ। ਠੀਕ ਹੈ, ਪੂਰੇ ਜੋਸ਼ੋ ਖਰੋਸ਼ ਸੇ ਮਨਾ ਰਹੇ ਵਾ, ਤੇ ਇਤਨੀ ਗਰਮੀ ਮੇ ਉਹ ਰਾਗ ਜਲਾ ਕਰ ਰੱਖਤਾ। ਗਰਮੀ ਨਹੀਂ ਲੱਗਦੀ ਆਪਕੋ? ਮਤਲਬ ਮਾਤਾ ਜੀ ਕੋ ਸ਼ਰਧਾ ਹੈ, ਆਪਕੀ ਆਸਥਾ ਹੈ, ਇਸੀ ਮੁਤਾਬਿਕ ਖਾਣਾ ਮਾਤਾ ਜੀ ਕੇ ਦਰ ਪੇ। ਕਿਤਨੇ ਦਿਨ ਹੋ ਗਏ ਆਪਕੋ ਯਹਾਂ ਡੇਰਾ ਡਾਲੇ? ਸੁਬਹ ਸੇ ਆਏ ਗਾੜੀ ਸੇ। ਅਜਾ ਜੇ ਟਰੱਕ ਟਰੱਕ ਭਰ ਕੇ ਆਏ ਹੋ? ਕਹਾਂ ਸੇ ਆਏ ਹੋ? ਬਾਰਾਂ ਸੇ ਆਏ ਹਾਂ, ਰਾਜਸਥਾਨ ਸੇ। ਜੇ ਵੀ ਰਾਜਸਥਾਨ ਮੇ ਅਗਰ ਬਾਰਿਸ਼ ਵਗੈਰਾ ਨਾ ਹੋ, ਤਬੀ ਵੀ ਯਹਾਂ ਸੇ ਮੰਨਤੇ ਮੰਗਤੇ ਹੋ ਵੀ ਬਾਰਿਸ਼ ਹੋ? ਹਾਂ, ਆਤੇ ਹੀ ਰਹਤੇ ਹੈ ਯਹਾਂ ਤੋ ਡੋਕਨੇ ਕੇ ਲੀਏ। ਜੀ ਠੀਕ ਹੈ। ਜੇ ਕੁਛ ਕਾ ਸਾਈਜ਼ ਬੜਾ ਬੜਾ ਬਣਾ ਰੱਖਾ ਹੈ ਆਪਨੇ? ਜੇ ਲੱਡੂ ਬਣਾਏਗੇ ਦੇਸੀ ਘੀ, ਜੇ ਲੱਡੂ ਬੜੇ ਦੂਸ ਕਰਕੇ ਬਾਰੀਕ ਲੱਡੂ ਬਣਾਏਗੇ, ਲੱਡੂ ਜੇ ਆਪਕੇ ਭਾਈਚਾਰੇ ਕੀ ਏਕਤਾ ਕੋ ਵੀ ਦਰਸਾਤਾ ਹੋਗਾ ਹੈ ਨਾ, ਵੀ ਕੈਸੇ ਸਾਥ ਏਕ ਸਾਥ ਰਹਿ ਕਰ ਮਨਾਣਾ ਹੈ ਨਾ। ਠੀਕ ਹੈ, ਚੂਰਮਾ ਬਣੇਗਾ, ਚੂਰਮਾ। ਦੇਖੋ ਵੀ ਦਰਸ਼ਕੋ, ਸਮਝ ਲਿਓ ਇਸ ਵਕਤ ਆਪਕੋ ਪੰਜਾਬ ਕੇ ਦਰਸ਼ਕ ਦੇਖ ਰਹੇ ਹੈ, ਪੰਜਾਬੀ ਲੋਕ ਦੇਖ ਰਹੇ ਇਸ ਚੈਨਲ ਪੇ ਅਭੀ। ਸੋ ਇੱਦਾਂ ਤੁਹਾਨੂੰ ਹੋਰ ਵੀ ਦਿਖਾਵਾਂਗੇ। ਮੇਲਾ ਭਰਿਆ ਹੋਇਆ ਵਾ, ਨਦੀ ਸੁੱਕੀ ਹੋਈ ਆ, ਵੱਡੇ ਵੱਡੇ ਪੱਥਰ ਨੇ। ਆਇਓ ਮੇਰੇ ਮਗਰ ਇੱਧਰ ਨੂੰ। ਇਹ ਜਿਹੜਾ ਖਾਣ ਪੀਣ ਨੂੰ ਸਮਾਨ ਬਣਾਇਆ, ਇਹਨੂੰ ਬਾਟੀਆਂ ਕਹਿੰਦੇ ਨੇ, ਬੱਟ ਕੇ ਹੈ ਨਾ ਕਿਲ ਬਣਾਈ ਗਈ ਆ। ਇੱਕ ਜਿਹੜੇ ਵੱਡੇ ਵੱਡੇ ਲੱਡੂ ਜੀ ਦੱਸ ਰਹੇ ਆ ਨਾ, ਇਹ ਕਹਿੰਦੇ ਚੂਰਮਾ ਬਣਾਉਣਾ ਇਹਨਾਂ ਨੇ, ਫੁੱਟ ਵਾਲਾਂ ਵਾਲ ਜਿੱਡੇ ਆ। ਇਹ ਕਿਸ ਮੇ ਡਬੋ ਕਰ ਖਾਏਗੇ ਆਪ, ਸਬਜ਼ੀ ਮੇ ਜਾਂ ਦਾਲ ਮੇ? ਬੱਕਰਾ ਮੇ? ਬੱਕਰੇ ਦਾ ਪ੍ਰਬੰਧ ਆ ਵੀ ਮੱਲੋ, ਆ ਜਾਓ ਮੈਂ ਕਹਿੰਦਾ। ਆ ਦੇਖੋ ਕਿੱਡਾ ਸਾਈਜ਼ ਬਾਟੀ ਦਾ, ਬੱਕਰੇ ਜੀ ਡਬੋ ਡਬੋ ਖਾਣੇ ਆ। ਆਮ ਕਹਿੰਦੇ ਵੀ ਇਹ ਦਾਲ ਸਬਜ਼ੀ ਚ ਵੀ ਡਬੋ ਕੇ ਖਾ ਸਕਦੇ ਆ। ਅਭੀ ਯਹਾਂ ਬੱਕਰਾ ਚਲੇਗਾ? ਅੱਛਾ, ਵੈਜ ਔਰ ਨਾਨ ਵੈਜ ਦੋਨੇ ਚੀਜ਼ਾਂ ਇੱਥੇ ਚੱਲਣਗੀਆਂ, ਦੇ 12 ਜ਼ਿਲ੍ਹੇ ਦੇ ਵਿੱਚ ਇਸ ਵਕਤ ਰਾਜਸਥਾਨ ਦੇ ਵਿੱਚ। ਉੱਥੇ ਮਨਾ ਰਿਹਾ, ਇਹ ਟਰੱਕ ਭਰ ਕੇ ਆਇਆ ਵੀ, ਇੱਥੋਂ ਦੇਖੋ ਲੈ। ਅੱਛਾ ਠੀਕ ਹੈ, ਗਰਮੀ ਨਹੀਂ ਲੱਗਦੀ ਆਪ ਯਾਰ, ਦੋਨੀ ਕੇ ਸਾਹ ਬੈਠੇ ਹੋ ਇਤਨੇ। ਅੱਛਾ, ਲਗੇ ਤੋਂ ਲਗੇ ਗਰਮੀ, ਲਗੇ ਤੋਂ ਲਗੇ, ਸਹੀ ਬਾਤ, ਲੱਗਦੀ ਤਾਂ ਲੱਗ ਜੇ ਗਰਮੀ ਹੈ ਨਾ। ਤਿਉਹਾਰ ਤਾਂ ਮਨਾਉਣਾ ਹੀ ਆ, ਗਰਮੀ ਕਾਹਦੀ ਲੱਗਣੀ ਹੈ? ਬੱਕਰਾ ਚੱਲਣਾ ਇੱਥੇ, ਬਾਟੀਆਂ ਚੱਲਣੀਆਂ ਹੈ ਨਾ। ਤੇ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਕਿ ਚੜੋਲਾ ਵਗੈਰਾ ਲੱਗੀਆਂ ਕਿਵੇਂ ਤਿਉਹਾਰ ਮਨਾਉਂਦੇ ਆ, ਉਹ ਮਿਲਦੇ ਆ। ਦਰਸ਼ਕੋ ਆਹ ਪਏ ਆ ਸੰਧੂਰ ਜੇ ਪਏ ਆ ਹਨਾ, ਜਾਂ ਲਾਟੂ ਜਾ ਇਹਦੇ ਵਿੱਚ ਭਰ ਕੇ ਦਿੰਦੇ ਆ ਜੇ ਕਿਸੇ ਨੂੰ ਲੋੜ ਹੋਵੇ। ਮਤਲਬ ਇੱਥੋਂ ਦਾ ਰਿਵਾਜ ਆ ਇਹ, ਵੱਖਰੀ ਕਿਸਮ ਦਾ, ਤੇ ਕਰੋਸ਼ੀਏ ਨਾਲ ਕੱਢੇ ਹੋਏ ਕਹਿ ਲਓ ਕਿ ਡਿਜ਼ਾਈਨਦਾਰ ਚੀਜ਼ਾਂ ਵੀ ਇੱਥੇ ਪਈਆਂ ਨੇ।
नारियल वगैरह पे ने, नारियल भन भन के लोग खाई जाते ने इत्थे, है ना, बड़ा कमाल है सारा कुछ। ये किसके लिए होता है? घर के दरवाजे पे लगाने के लिए, घर के दरवाजे के लगाने के लिए, ठीक है। जिन्ना आपदे धर्म नू आपदे त्योहारां नू मनाउण दे विच आनंद आउंदा ना, उदों वध रौचकता उदों पैदा हुंदी आ जदों आपां किसी समाज दे जां किसी होर धर्म दे बारे जानण दी कोशिश करदे आ जां उहनां दे जीवन नू जां समझण दी कोशिश करदे आ। आ तुहाडे सामने डांगां पईआं ने, इह मतलब बांस दीआं वढ के डांगां उहनां नू तेल दे विच डबो के इदां स्टोव ते गर्म करके अलग अलग डिजाइन पा रहे थोड़े सामने। ये बांस दीआं डांगां ने जंगलों चों वढ़ियां गईआं। जिन्ना भी समान तुसीं इत्थे देखोगे ना, इस आदिवासी पहाड़ी दे उत्ते सी, असीं इत्थे किले की शूटिंग करन गए तां राह दे विच सानूं इह टक्कर पे, मतलब इस किस्म दे नाल पित्तल पुत्तल लाया होया पूरा, जिवें किसी समय अपने पुराने पंजाब दे विच इह कुछ हुंदा सी। तां मैनूं यार बहुत रौचकता ते खिच लगी इन्हां चीज़ां दे विच भी किवें ये सारा कुछ करते आ। देखना समझना एक वक्रा अनुभव सी मेरी जिंदगी का पहली बारी। फिर मैं कि आ थोड़े सामने टोकरे पए ने अपने, जिवें दूध दीआं छिटियां दे टोकरे बनाए जाते हैं पंजाब च, इत्थे आ छोटियां छोटियां सीखां दे नाल टोकरे बनाए जाते हैं। देखो बरीक बरीक टोकरे, इहनूं झाल कहिंदे आ इत्थे, इत्थों की लोकल बोली दे विच, मध्य प्रदेश दे विच, राजस्थान दे ते मध्य प्रदेश दोनों के बार्डर ते मेला लग्गिया सीगा। इह झाल होइआ ठेकेदार बैठे वेचदे आ, तो इस किस्म का टल पे आ बलदा के गलों के टल जे पाते होंगे सी ना अपने पुराने पंजाब, तो उस समय तो टल पे आ। साडा मामा ये भी टलियां टुलियां जी लई जाता, इन्हें भी एक दुख नहीं बलद रखे आ, तो उन्होंने गलों पौन पौन चक चुक करी जाता। मतलब अपना पंजाबी भाईचारा भी उत्थे बहुत रहिंदा वा, उत्थे इहदी गल नहीं, तो उत्थे कलो के हर किस्म सी जो साढ़े किसी समय पुराने पंजाब हुंदी सी, जिवें अपने दातियां हुंदियां आ, इन्हां दीआं दातियां ने आदिवासा दीआं वासियां दीआं दातियां ने, देख लो तुहाडे सामने आ। इह तां सजा के रखियां ने क्योंकि कणक गांह आ रही सी। आ विक भगत जिहा बंदा फुटबाल उत्ते आपदे करतब दिखाई जांदा सी, मैनूं बड़ा चंगा लग्या, देख क्यों घुमाई जांदा ना उंगली दे उत्ते, ये बड़ा वधिया लग्या। देखो ये भी सारा जिहड़ा क्रोशिए दे नाल हत्थीं बनाया होया चीज़ां, सारियां हत्थीं बनाईआं होईआं, ये टंगियां बाज़ारां दे विच, क्योंकि इत्थे जिहड़े हैगे मशीनी युग हैगा पर उन्ना नहीं भारी नहीं होया, ठीक है कि मशीनी युग के समान इतने पिया वा दूरों नेड़ों लिया के बेचते हैं। ज़्यादातर चीज़ा इतने आपदे हत्थी बनाईया ही होंगे, फिर असं आ देख लगे भी आ टैटू जे किमें बनाते हैं ना मशीन के नाल, लोग इतने आपका कोई दिल जहा बनाई जाता, कोई हत्थों उत्ते मां लिखाई जाता, कोई शिवजी की फोटो बनाई जाता, तो साढ़े लिए कहते वखरा अनुभव सगा कि मैं पहली बार देखे भी मशीन जी ना ऐ बनाई जाते और लग्या पाया वा पूरा इंजीनियर बनया हुआ टैटू टूटो पाई जाता चक भल भरता रंग तरशूल जिदे हुण तो जाके दिखाऊगा पिंडी पुंडी जा पिंड जाके भाई मैं तरशूल बना लिया आ छले छुले बेचण वाले की इस किस्म का ना बड़ा कुछ वक्खरा सीगा। कहूँगा कि ना किसी के समाज में जिन्ना आपां वधिया सत्कार दे नाल देखांगे उन्ना ही साडा दायरा विशाल बनता। शायद इसे करके साडे गुरु नानक साहिब ने करो कि भारत दे नहीं दुनिया के कोने कोने ते जाके वख वख समाज नूं समझिया, तो उ चीज़ा उन्होंने बाणी के बोली के राही भी सूँ दसदिया ने, है ना, वक्री वक्री बोली भी उन्होंने बाणी के सूँ वेखन मिलती है, वक्रे वक्रे सभ्याचारा बारे भी पता लगता। उमें ही है जिमें आ देखो पकड़ घड़े जे वेची जाते, कोई गलेलों भी वेची जाता स, क्योंकि जंगली लोग ने इतने ज़्यादातर, तो उन्होंने गलेलों की लड़ पैंती सी क्योंकि तित्र बटेरे भी उन्होंने मारने होंगे सी, है ना, तो अक्सर इतने गलेलों वगैरह भी थोड़ा देखने को मिलनगियाँ भी गलेलों भी वेचते बने सके इतने, मतलब इस कसम विचार लोग घूम रहे थे साढ़े वाल लोग ना हैरानी देख रहे थे बई ये यार वक्री कसम के लोग, उन्होंने आप वक्रे लगते क्योंकि अपना पहरावा वक्रा वा, क्योंकि मेरा डैडी भी नाल सी पग भी सी, ठीक है पगों वाले सके, पर एक फिर भी एक वक्रा प्रभाव सुनता वा, है ना, वो सामने किला भी सूँ दस रहा, मतलब सेंट सुंट जी भी वेची जाते हैं, मतलब जो एक वक्री दुनिया आप जाने उन्होंने आप वक्री खिच का केंद्र होंने, जो कोई अपने कोई यह जहाँ आ जाए तो अपने लिए वह लोग खिच का केंद्र होंगे ने। इस तरीके दे नाले मेला सी पहाड़ी दे उत्ते, बच्चे जद भी करी जाते भी भाई मैंने फलानी चीज़ लगे, कई आ पी खा के भी एक दूजे को डायलॉग मारी जाते, जो मैं कैमरा नेड़े किया फिर कहता भाई कोई गल नहीं, तो मतलब इस किस्म के नाल यार लुहारी होंगे, लुहार जिन्हों कह दें आप अगरगे बोलते इतने लोकल जुबान दे विच, उन्हां दा काम हथियार बनाउणा, मतलब कुहाड़ियां वगैरह बनाउणियां, दस्ते वगैरह बनाउणे, लोहे दे समान नूं सैट वैट करके बनाउंदे आ, सारा कुछ करदे आ। तो आ देखो संद वेले में सारे रखे हुए हैं, इन्हें कुहाड़ियां पईआं तुहाडे सामने आ, दातियां पईआं नहीं दात पए आ टोके पए आ, इस किस्म के नाल सारा त्यौहार मनाउंदे आपदे आप नूं बड़ा चा, इन्हां नाल 15-20 दिन चलदा
लोगों च उत्साह बड़ा हुंदा इन्हां च, ये आपका कोई जरूरी काम हो भी वह छड देणगे, पर मेला दिन त्यौहार नहीं छड्डदे। सो अगर तुसीं भी किसी वक्री स्टेट जाओ, स्टेट दे विच जाओ, तो आपका त्यौहार उन्हां दा लाजमी वेख के आओ। मेहरबानी, धन्नवाद।